ਇਹ ਤਸਵੀਰਾਂ 20 ਸਾਲਾ ਨੌਜਵਾਨ ਸੁਖਪ੍ਰੀਤ ਸਿੰਘ ਦੇ ਘਰ ਦੀਆਂ ਨੇ। ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਤੂੜ ਦਾ ਨੌਜਵਾਨ ਸੀ ਸੁਖਪ੍ਰੀਤ ਸਿੰਘ, ਜੋ 2 ਸਾਲ ਪਹਿਲਾਂ ਇਟਲੀ ਗਿਆ ਤੇ ਹੁਣ ਉਸਦੀ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ। ਭਿਆਨਕ ਸੜਕ ਹਾਦਸੇ ਨੇ ਸੁਖਪ੍ਰੀਤ ਦੀ ਜਾਨ ਲੈ ਲਈ। ਸੁਖਪ੍ਰੀਤ 3 ਭੈਣਾਂ ਦਾ ਇਕਲੌਤਾ ਭਰਾ ਸੀ। ਆਪਣੇ ਘਰਦਿਆਂ ਦੇ ਸੁਪਨੇ ਪੂਰੇ ਕਰਨ ਲਈ, ਭੈਣਾਂ ਦੇ ਸੁਪਨੇ ਪੂਰੇ ਕਰਨ ਲਈ ਸੁਖਪ੍ਰੀਤ ਇਟਲੀ ਗਿਆ ਸੀ। ਪਰ ਇਟਲੀ ਦੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਸੜਕ ਹਾਦਸੇ ਦੇ ਵਿੱਚ ਸੁਖਪ੍ਰੀਤ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰ ਨੇ ਦੱਸਿਆ ਕਿ ਸੁਖਪ੍ਰੀਤ ਹਰ ਰੋਜ਼ ਦੀ ਤਰ੍ਹਾਂ ਆਪਣੇ ਕੰਮ 'ਤੇ ਗਿਆ ਸੀ ਅਤੇ ਕੰਮ ਤੋਂ ਵਾਪਸ ਆਉਂਦੇ ਸਮੇਂ ਉਸਦੇ ਸਾਈਕਲ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਮੌਕੇ 'ਤੇ ਹੀ ਸੁਖਪ੍ਰੀਤ ਦੀ ਮੌਤ ਹੋ ਗਈ। ਇਹ ਮੇਰਾ ਭਾਣਜਾ ਸੀ ਜੀ, ਅਤੇ ਇਹ ਨਾ 2 ਸਾਲ ਪਹਿਲਾਂ ਗਿਆ ਸੀ ਇਟਲੀ, ਅਤੇ ਉੱਥੇ ਖੇਤੀਬਾੜੀ ਦਾ ਇਹ ਕੰਮ ਕਰਦਾ ਸੀ ਮੁੰਡਾ, ਅਤੇ ਉਹ ਕਿਤੇ ਸਾਮਾਂ ਨੂੰ ਕਿਤੇ ਜਾਣ ਡਿਆ ਸੀ ਕੰਮ ਤੋਂ ਵਿਹਲਾ ਹੋ ਕੇ ਘਰ ਨੂੰ, ਅਤੇ ਐਕਸੀਡੈਂਟ ਅਚਾਨਕ ਕਾਰ ਮਗਰੋਂ ਸਾਈਡ ਤੋਂ ਵੱਜੀ ਆ ਕਿਤੇ, ਅਤੇ ਮੌਤ ਹੋਈ ਆ। ਬਹੁਤ ਮਤਲਬ ਦੁੱਖ ਵਾਲੀ ਇਹ ਖਬਰ ਆ। ਇਹ ਸਾਡਾ ਜਿਹੜਾ ਬੱਚਾ ਮਰਿਆ ਵਾ, ਬੜਾ ਹੁੰਦੜੇਰ ਅਤੇ ਬੜਾ ਸੋਹਣਾ ਮੁੰਡਾ ਅਤੇ ਬੜਾ ਸਿਆਣਾ ਸੀ, ਪਰਿਵਾਰ ਨੂੰ ਬੜਾ ਇਹਦਾ ਦੁੱਖ ਵਾ। ਇਹਨਾਂ ਦੀ ਸਿਸਟਰ ਵੀ, ਇਹ ਬੱਚੇ ਦੀ ਨਾ ਸਿਸਟਰ ਵੀ 2-3 ਸਾਲ ਪਹਿਲਾਂ ਵਿਚਾਰੀ, ਉਹ ਪੜ੍ਹਦੀ ਸੀ ਕਾਲਜ 'ਚ, ਅਤੇ ਉਹਦਾ ਵੀ ਇਸ ਤਰ੍ਹਾਂ ਵਿਚਾਰੀ ਐਕਸੀਡੈਂਟ ਹੋ ਕੇ ਮਰੀ ਸੀ। ਇਸ ਕਰਕੇ ਜਦੋਂ ਇਸ ਤਰ੍ਹਾਂ ਦਾ ਭਾਣਾ ਵਰਤਦਾ ਵਾ ਤਾਂ ਮਾਂ ਬਾਪ 'ਤੇ ਬੜਾ ਔਖ ਆਉਂਦਾ ਵਾ। ਬਾਕੀ ਇਹ ਜਿਹੜੇ ਬੱਚੇ, ਸੱਚੀ ਗੱਲ ਵਾ, ਸਾਨੂੰ ਤਾਂ ਇਹ ਵੀ ਆਉਂਦਾ ਵਾ ਵੀ ਜਿਹੜੇ ਬੱਚੇ ਵਿਦੇਸ਼ਾਂ 'ਚ ਜਾਂਦੇ ਆ ਅਤੇ ਅਸੀਂ ਤਾਂ ਆਉਂਦੇ ਹਾਂ ਵੀ ਇੱਥੇ ਹੀ ਸਾਡੇ ਸਟੇਟ ਦੇ ਵਿੱਚ, ਸਾਡੇ ਸੂਬੇ 'ਚ ਹੀ, ਸਾਡੇ ਦੇਸ਼ 'ਚ ਹੀ ਇੱਥੇ ਪ੍ਰਬੰਧ, ਰਾਜ ਪ੍ਰਬੰਧ ਵਧੀਆ ਹੋਵੇ, ਇੱਥੇ ਹੀ ਲੋਕਾਂ ਨੂੰ ਰੁਜ਼ਗਾਰ ਮਿਲੇ ਅਤੇ ਇਹ ਵਿਚਾਰਿਆਂ ਨੂੰ ਨਾ ਜਾਣਾ ਪਵੇ। ਇਹ ਬੜੇ ਰੁਜ਼ਗਾਰ ਤੋਂ ਤੱਕ ਅੱਕੇ ਹੀ ਇਹ ਜਾਂਦੇ ਆ ਵਿਚਾਰੇ ਬੱਚੇ, ਅਤੇ ਬੜਾ ਅਫਸੋਸਨਾਕ ਖਬਰ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਪਿਆਂ ਦਾ ਇਕਲੌਤਾ ਪੁੱਤ ਸੀ ਇਹ? ਹਾਂਜੀ ਹਾਂਜੀ, ਸਿਸਟਰ ਇਹਨਾਂ ਦੀਆਂ ਹੈਗੀਆਂ 2, ਇੱਕ ਸਿਸਟਰ ਦੀ ਇਹਨਾਂ ਦੀ ਡੈਥ, ਉਹ ਚੇ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੌਤ ਹੋ ਗਈ 2-3-4 ਸਾਲ ਪਹਿਲਾਂ। ਹਾਂਜੀ, ਬਹੁਤ 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 ਮਤਲਬ ਦੁੱਖ ਆ ਪਰਿਵਾਰ ਨੂੰ। ਕਦੋਂ ਡੈਡ ਬੋਡੀ ਆ ਰਹੀ? ਕਦੋਂ ਡੈਡ ਬੋਡੀ? 5 ਤਰੀਕ ਨੂੰ ਜੀ ਆ ਰਹੀ ਆ। 5 ਤਰੀਕ ਨੂੰ ਮਤਲਬ ਸਵੇਰੇ ਤੜਕੇ ਆ ਜਾਏਗੀ, ਅਤੇ 12 ਕੁ ਵਜੇ ਸੰਸਕਾਰ, ਅਤੇ ਉਦੋਂ ਬਾਅਦ 7 ਤਰੀਕ ਨੂੰ ਐਤਵਾਰ ਉਹਨਾਂ ਦਾ, ਉਹਨਾਂ ਦੀ ਨਿਮਿੱਤ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਉਹ ਮੇਰੇ ਭਣੇਵੇਂ ਆ ਜੀ। ਕੀ ਗੱਲ ਬਣੀ ਉਹਨਾਂ ਨਾਲ, ਕਿੱਦਾਂ ਉੱਥੇ ਮੌਤ ਹੋਈ ਉਹਨਾਂ ਦਾ? ਜੀ ਕੰਮ ਤੋਂ ਆ ਰਿਹਾ ਸੀ, ਕਾਰ ਐਕਸੀਡੈਂਟ ਹੋ ਗਿਆ ਜੀ। ਡੈਡ ਬੋਡੀ ਕਦੋਂ ਆ ਰਹੀ? ਡੈਡ ਬੋਡੀ ਉਹਨਾਂ ਦੀ ਸ਼ੁੱਕਰਵਾਰ ਆ ਰਹੀ ਜੀ ਸਵੇਰੇ। ਕੀ ਮੰਗ ਕਰਨੀ ਚਾਹੁੰਦੇ ਕੋਈ ਭਾਰਤ ਸਰਕਾਰ ਕੋਲੋਂ, ਕੋਈ ਆਪਣੀ ਪੰਜਾਬ ਸਰਕਾਰ ਕੋਲੋਂ ਕੋਈ ਮਦਦ ਦੀ ਮੰਗ ਕਰਨੀ ਚਾਹੁੰਦੇ? ਨਹੀਂ ਜੀ, ਅਸੀਂ ਇਹਨਾਂ ਕੋਲ ਕੋਈ ਸਰਕਾਰ ਤੋਂ ਤਾਂ ਨਹੀਂ ਮਦਦ ਚਾਹੁੰਦੇ, ਅਤੇ ਪਰ ਇਹ ਗੱਲ ਜ਼ਰੂਰ ਬੇਨਤੀ ਕਰਦੇ ਇਹਨਾਂ ਸਰਕਾਰਾਂ ਨੂੰ, ਇਹਨਾਂ ਨੂੰ, ਉਹਨਾਂ ਨੂੰ, ਕਿ ਜਦੋਂ ਵੀ ਕੋਈ ਇਹੋ ਜਿਹਾ ਹਾਦਸਾ ਵਾਪਰ ਜਾਂਦਾ ਵਾ, ਪਿੱਛੇ ਪਰਿਵਾਰ ਬਹੁਤ ਤੰਗ ਹੁੰਦਾ ਵਾ, ਅਤੇ ਜਿਹੜੀ ਡੈੱਡ ਬੋਡੀ ਆ ਉਹ ਜਲਦੀ ਤੋਂ ਜਲਦੀ ਧਿਆਨ ਦੇ ਕੇ ਭੇਜੀ ਜਾਣੀ ਚਾਹੀਦੀ ਆ। ਹੁਣ ਅਸੀਂ ਕਾਫੀ ਦਿਨਾਂ ਤੋਂ ਪਰੇਸ਼ਾਨ ਹਾਂ, ਇੱਥੇ ਪਰਿਵਾਰ ਜਿਹੜਾ ਸਾਡਾ, ਉੱਥੇ ਪਰਿਵਾਰ, ਉਹ ਵੀ, ਇਸ ਗੱਲ ਦੀ ਅਸੀਂ ਜ਼ਰੂਰ ਮੰਗ ਕਰਦੇ ਹਾਂ ਕਿ ਜਦੋਂ ਇਹੋ ਜਿਹਾ ਭਾਣਾ ਵਾਪਰ ਜਾਂਦਾ ਵਾ, ਦੋਵਾਂ ਸਰਕਾਰਾਂ ਨੂੰ ਧਿਆਨ ਆ ਇਸ ਗੱਲ ਨੂੰ ਧਿਆਨ 'ਚ ਰੱਖਣਾ ਚਾਹੀਦਾ ਵਾ ਕਿ ਪਰਿਵਾਰ ਬਹੁਤ ਦੁਖੀ ਆ, ਅਤੇ ਇਸ ਕਰਕੇ ਪਰਿਵਾਰ ਦੀ ਇਹੋ ਹੀ ਮਦਦ ਹੋ ਸਕਦੀ ਆ। ਚਲੋ, ਜਿਨ੍ਹਾਂ ਨੂੰ ਕਿਸੇ ਨੂੰ ਕੋਈ ਲੋੜ ਆ, ਉਹ ਤਾਂ ਜ਼ਰੂਰ ਹੋਰ ਵੀ ਮੰਗ ਕਰੇ, ਅਸੀਂ ਹੋਰ ਜੀਹਦੀ ਤਾਂ ਨਹੀਂ ਮੰਗ ਕਰਦੇ। ਅਤੇ ਸਾਡੇ ਨਾਲ ਤਾਂ ਜਿਹੜਾ ਭਾਣਾ ਵਾਪਰ ਗਿਆ, ਚਲੋ ਠੀਕ ਆ, ਸਾਨੂੰ ਸਮਾਂ ਵੀ ਲੱਗ ਗਿਆ ਹੁਣ, ਅਤੇ ਅਗਾਂਹ ਆਉਣ ਵਾਲੇ ਜਿਹੜੇ ਵਾ ਇਸ ਦੇ ਵਿੱਚ ਨਾ ਕੋਈ ਇਹੋ ਜਿਹੀ ਮੁਸ਼ਕਲ ਆਵੇ। ਪਹਿਲੀ ਗੱਲ ਤਾਂ ਪਰਮਾਤਮਾ ਕਿਸੇ ਦੇ ਨਾਲ ਇਹੋ ਜਿਹਾ ਕੰਮ ਕਰੇ ਨਾ, ਪਰ ਜੇ ਚਲੋ ਕੋਈ ਦੁੱਖਦਾਈ ਵਾਪਰ ਜਾਂਦੀ ਆ, ਤਾਂ ਉਹ ਜ਼ਰੂਰ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ। ਇਹ ਕਿੰਨਾ ਚਿਰ ਪਹਿਲਾਂ ਨੌਜਵਾਨ ਜਿਹੜਾ ਗਿਆ ਸੀ? ਇਹਨੂੰ ਜੀ 2.5 ਸਾਲ ਹੋਏ। ਮਾਪੇ ਰੋ ਰਹੇ ਨੇ, ਕੁਰਲਾਰੇ ਨੇ, ਸੁਖਪ੍ਰੀਤ ਨੂੰ ਚੇਤੇ ਕਰ ਰਹੇ ਨੇ। ਕਈ ਸੁਪਨੇ ਲੈ ਕੇ ਸੁਖਪ੍ਰੀਤ ਇਟਲੀ ਗਿਆ ਸੀ, ਪਰ ਉਹਨਾਂ ਸੁਪਨਿਆਂ ਨੂੰ ਖੰਭ ਨਹੀਂ ਲੱਗੇ। ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਅਤੇ ਸੁਖਪ੍ਰੀਤ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ।